ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ। ਤੁਸੀਂ ਦੇਖ ਰਹੇ ਹੋ ਸਾਡਾ ਯੂਟਿਊਬ ਚੈਨਲ, ਸਬਸਕ੍ਰਾਈਬ ਕਰੋ ਅਤੇ ਨਾਲ ਹੀ ਆਈਕੋਨ ਬੈਲ ਬਟਨ ਨੂੰ ਦਬਾਓ ਤਾਂ ਕਿ ਸਾਡੀਆਂ ਸਾਰੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ ਅਤੇ ਅੱਜ ਅਸੀਂ ਆਪਣੇ ਬਹੁਤ ਹੀ ਵਧੀਆ ਸਟੂਡੈਂਟ ਦੇ ਨਾਲ ਤੁਹਾਨੂੰ ਮਨਾਉਣ ਜਾ ਰਹੇ ਹਾਂ, ਜਿਨ੍ਹਾਂ ਦਾ ਨਾਮ ਹੈ ਵਿਕਰਮਜੀਤ ਸਿੰਘ ਪੱਡਾ। ਉਹਨਾਂ ਨੇ ਨੀਟ ਇਟਾਲੀਅਨ ਡਰਾਈਵਿੰਗ ਲਾਇਸੈਂਸ ਤੋਂ ਸਟੱਡੀ ਕਰਕੇ ਸਾਡੀ ਜਿਹੜੀ ਔਨਲਾਈਨ ਅਸੀਂ ਵੈਬਸਾਈਟ ਤਿਆਰ ਕੀਤੀ ਆ ਉਸ ਦੀ ਹੈਲਪ ਲੈ ਕੇ ਅਤੇ ਬੜੀ ਹੀ ਆਪਣੀ ਮਿਹਨਤ ਕਰਕੇ, ਦਿਨ ਰਾਤ ਮਿਹਨਤ ਕਰਕੇ ਉਹਨਾਂ ਨੇ ਅਤੇ ਅੱਜ ਲਾਇਸੈਂਸ ਉਹਨਾਂ ਨੇ ਹਾਸਲ ਕਰ ਲਿਆ ਹੈ। ਅਤੇ ਉਹਨਾਂ ਨਾਲ ਤੁਹਾਨੂੰ ਅਸੀਂ ਮਿਲਾਵਾਂਗੇ, ਉਹਨਾਂ ਦੀ ਇੰਟਰਵਿਊ ਤੁਹਾਡੇ ਨਾਲ ਹੋਵੇਗੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਸਾਰੇ। ਅਤੇ ਦੱਸੋ ਸਾਰਿਆਂ ਨੂੰ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਅੱਜ ਲਾਇਸੈਂਸ ਲੈ ਕੇ? ਬਹੁਤ ਵਧੀਆ ਇਹ ਫੀਲ ਹੋ ਰਿਹਾ ਜੀ, ਬਹੁਤ ਵਧੀਆ, ਵੱਡੀ ਮੁਸ਼ਕਲ ਹੱਲ ਹੋਈ ਜੀ। ਠੀਕ ਹੈ ਜੀ। ਕਿੰਨੇ ਸਾਲ ਹੋ ਗਏ ਤੁਹਾਨੂੰ ਇਟਾਲੀਆ 'ਚ ਬਿਨਾਂ ਪਹਿਲਾਂ ਲਾਇਸੈਂਸ ਤੋਂ? ਬਿਨਾਂ ਲਾਇਸੈਂਸ ਤੋਂ ਮੈਨੂੰ 5 ਸਾਲ ਹੋ ਗਏ ਜੀ ਇਟਾਲੀਆ ਦੇ ਵਿੱਚ। ਠੀਕ ਹੈ ਜੀ। 5 ਸਾਲ ਭਾਜੀ ਉਹਨੇ ਰਹੇ ਨੇ। 3 ਸਾਲ 12 ਵਾਲੀ ਇਮੀਗ੍ਰੇਸ਼ਨ ਮਿਲੀ ਜੀ। ਠੀਕ ਹੈ ਜੀ। ਅਤੇ ਬੋਲੀ ਨਾ ਮਾਤਰ ਆਉਂਦੀ ਆ, ਨਾਮ ਮਾਤਰ ਆਉਣ ਦੇ ਕਾਰਨ ਸਰ ਜੀ ਕੋਲ ਇਹ ਮੈਂ ਸਕੂਲ ਜੁਆਇਨ ਕੀਤਾ। ਇਹਨਾਂ ਨੇ ਪੰਜਾਬੀ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਐਨ ਸਮਝਾਇਆ, ਜੋ ਕਿ ਇਟਾਲੀਅਨ ਨਹੀਂ ਸਮਝਾ ਸਕਦੇ, ਪਰ ਇਟਾਲੀਅਨ ਬੋਲੀ ਆ ਪੰਜਾਬੀ ਦੇ ਵਿੱਚ ਇਹਨਾਂ ਨੇ ਸਮਝਾਇਆ ਬੜੇ ਤਰੀਕੇ ਦੇ ਨਾਲ, ਅਤੇ ਕੋਈ ਇਹੋ ਜਿਹੀ ਦਿੱਕਤ ਨਹੀਂ ਆਈ ਕਰਨ ਦੇ ਵਿੱਚ ਮੈਨੂੰ, ਅਤੇ ਬਹੁਤ ਹੀ ਵਧੀਆ ਸ਼ਾਨਦਾਰ, ਅਤੇ ਮੈਨੂੰ ਬਹੁਤ ਵਧੀਆ ਇਹ ਮਹਿਸੂਸ ਹੋ ਰਿਹਾ ਕਿ ਅੱਜ ਲਾਇਸੈਂਸ ਪ੍ਰਾਪਤ ਕਰਕੇ। ਠੀਕ ਹੈ ਜੀ। ਆਹ ਦੇਖੋ ਇਹਨਾਂ ਦਾ ਲਾਇਸੈਂਸ ਭਾਜੀ ਉਹਨਾਂ ਦਾ, ਅਤੇ ਇਹਨਾਂ ਨੂੰ ਬਹੁਤ ਵਧੀਆ ਲੱਗ ਰਿਹਾ ਅੱਜ ਲਾਇਸੈਂਸ ਲੈ ਕੇ। ਇਹਨਾਂ ਨੇ ਇਹ ਵੀ ਵੀਡੀਓ ਦੇ ਵਿੱਚ ਕਿਹਾ ਕਿ ਇਹਨਾਂ ਨੂੰ ਜਿਹੜੀ ਬੋਲੀ ਆ ਬਹੁਤ ਹੀ ਜ਼ਿਆਦਾ ਘੱਟ ਆਉਂਦੀ ਆ, ਪਰ ਇਹਨਾਂ ਨੇ ਫਿਰ ਵੀ ਦਿਨ ਰਾਤ ਇਹਨਾਂ ਦੀ ਬੁੱਕ ਨਹੀਂ ਹੈਗੀ ਇਸ ਟਾਈਪ ਦੀ ਸਾਡੇ ਕੋਲ, ਇਹਨਾਂ ਨੇ ਸਾਰੀ ਬੁੱਕ ਆਪਣੀ ਲਿਖ ਲਿਖ ਕੇ, ਪਰੋਲੇ ਲਿਖ ਲਿਖ ਕੇ ਭਰੀ ਹੋਈ ਆ, ਅਤੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਆ। ਅਤੇ ਦੂਜਾ ਰੱਬ ਦਾ ਨਾਂ ਬਹੁਤ ਲੈਂਦੇ ਨੇ, ਕਿਉਂਕਿ ਵਾਹਿਗੁਰੂ ਦਾ ਹੱਥ ਹਮੇਸ਼ਾ ਹੀ ਬੰਦੇ ਦੇ ਸਿਰ 'ਤੇ ਹੋਣਾ ਚਾਹੀਦਾ ਹੈ, ਬੰਦਾ ਇਕੱਲਾ ਕੁਛ ਨਹੀਂ ਕਰ ਸਕਦਾ। ਸੋ ਸਾਡੇ ਵੱਲੋਂ ਅਤੇ ਭਾਜੀ ਹੋਣਾਂ ਵੱਲੋਂ ਸਾਰੇ ਜਿਹੜੇ ਸਟੂਡੈਂਟ ਸਾਡੇ ਦੇਖ ਰਹੇ ਨੇ ਅਤੇ ਜਿਹੜੇ ਕਰਨਾ ਚਾਹੁੰਦੇ ਨੇ ਲਾਇਸੈਂਸ, ਉਹਨਾਂ ਵਾਸਤੇ ਸਾਡੇ ਵੱਲੋਂ ਇਹੀ ਰਹਿ ਆ ਕਿ ਅਸੀਂ ਹਰ ਵੀਡੀਓ ਦੇ ਨਾਲ ਆਪਣੇ ਕੰਟੈਕਟ ਨੰਬਰ ਪਾਉਂਦੇ ਹਾਂ, ਤੁਸੀਂ ਕੰਟੈਕਟ ਨੰਬਰ ਲੈ ਕੇ ਕੰਟੈਕਟ ਕਰ ਸਕਦੇ ਹੋ, ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਇਨਫੋਰਮੇਸ਼ਨ ਲੈ ਸਕਦੇ ਹੋ, ਇਮੀਗ੍ਰੇਸ਼ਨ ਬਾਰੇ, ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਸਲਾਹ ਮਸ਼ਵਰਾ ਅਪਲਾਈ ਕਰਕੇ ਦੇ ਸਕਦੇ ਹਾਂ ਜੇ ਤੁਸੀਂ ਜਿਹੜੀ ਵੀ ਕੰਟਰੀ ਦਾ ਅਪਲਾਈ ਕਰਨਾ ਚਾਹੁੰਦੇ ਹੋ। ਅਤੇ ਪਲੱਸ ਅਸੀਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹੁੰਦੇ ਹਾਂ, ਜਿਹੜੀ ਅਸੀਂ ਆਪਣੇ ਇਸ ਬਿਜ਼ਨਸ ਦੇ ਨਾਲ ਜੋੜੀ ਆ, ਆਪਾਂ ਟਰੈਵਲ ਏਜੰਸੀ, ਜਿਹੜੀ ਕਿ ਕਿਸੇ ਦੀ ਵੀ ਟਿਕਟ ਤੁਹਾਨੂੰ ਚਾਹੀਦੀ ਤੁਸੀਂ ਸਾਡੇ ਕੋਲ ਕੰਟੈਕਟ ਕਰਕੇ ਆਪਣੀ ਟਿਕਟ ਕਰਵਾ ਸਕਦੇ ਹਾਂ। ਨੀਟ ਐਂਡ ਬ੍ਰਦਰਸ ਟਰੈਵਲ ਏਜੰਸੀ ਮਲਟੀ ਸਰਵਿਸ ਅੱਜ ਤੋਂ ਸਾਡੇ ਦੇ ਨਾਲ ਜੁੜੀ ਹੋਈ ਆ। ਉਸ ਤੋਂ ਬਾਅਦ ਅਸੀਂ ਤੁਹਾਡਾ ਸਾਰਿਆਂ ਦਾ ਥੈਂਕਸ ਤੇ ਭਾਜੀ ਵਿਕਰਮਜੀਤ ਹੋਣਾ ਦਾ ਵੀ ਥੈਂਕਸ ਕਰਦੇ ਹਾਂ। ਬਹੁਤ ਬਹੁਤ ਜੀ ਧੰਨਵਾਦ ਸਰ ਜੀ ਦਾ, ਨੀਟਾ ਜੀ ਦਾ, ਰਣਜੀਤ ਭਾਜੀ ਹੋਣੀ ਦਾ, ਬਹੁਤ ਬਹੁਤ ਇਹਨਾਂ ਨੇ ਸਾਥ ਦਿੱਤਾ ਜੀ। ਮੈਂ ਬਿਲਕੁਲ ਇਹ ਕਹਾਂਗਾ ਕਿ ਜਿਹੜਾ ਵੀਰ ਕਹਿੰਦਾ ਕਿ ਮੈਨੂੰ ਬੋਲੀ ਘੱਟ ਆਉਂਦੀ ਆ, ਨਹੀਂ ਕਰ ਸਕਦਾ ਮੈਂ, ਉਹ ਹਿੰਮਤ ਨਾ ਹਾਰੇ। ਮੈਨੂੰ ਬੋਲੀ ਨਹੀਂ ਆਉਂਦੀ, ਬੋਲਣੀ ਨਹੀਂ ਆਉਂਦੀ, ਮੈਂ ਬਾਹਰ ਕਿਤੇ ਹੋਰ ਜਗ੍ਹਾ ਕੰਮ ਕਰਦਾ ਰਿਹਾ ਹਾਂ, ਕਿ ਇਹਨਾਂ ਦੇ ਵਿੱਚ ਕੰਮ ਨਹੀਂ ਕੀਤਾ। ਇਹਨਾਂ ਦੇ ਨਾਲ 3 ਤੋਂ 4 ਮਹੀਨੇ ਬੰਦਾ ਮਿਹਨਤ ਕਰਨ ਵਾਲਾ ਲਾਇਸੈਂਸ 100% ਕਰ ਸਕਦਾ ਜੀ, ਆਪਣੀ ਮਿਹਨਤ ਕਰੇ। ਇਹਨਾਂ ਨੇ ਬਹੁਤ ਤਰੀਕੇ ਦੇ ਨਾਲ ਟ੍ਰਾਂਸਲੇਟ ਕਰਕੇ, ਜਦੋਂ ਵੀ ਤੁਸੀਂ ਵਟਸਐਪ 'ਤੇ